ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ ਸ਼ੀਸ਼ਪਾਲ ਜੀ ਕੇਰਵਾਲਾ, ਉਹ ਆ ਕੇ ਸੰਗਤ ਦੇ ਦਰਸ਼ਨ ਕਰਨ, ਬੱਚਿਆਂ ਨੂੰ ਆਸ਼ੀਰਵਾਦ ਦੇਣ। ਜੁਗੋ ਜੁਗੋ ਅਟਲ ਪਵਿੱਤਰ ਪਾਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਹਜ਼ੂਰੀ 'ਤੇ ਬੈਠੀ ਸਾਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਤਰਫੋਂ ਇੱਕ ਮਹਾਨ ਉਪਰਾਲਾ, 21 ਬੱਚਿਆਂ ਦੀ ਸ਼ਾਦੀ ਦਾ ਵੇਲਾ, ਖੁਸ਼ੀਆਂ ਦਾ ਵੇਲਾ, ਔਰ ਇਸ ਵੇਲੇ 'ਚ ਜਿਵੇਂ ਮਹਾਨ ਸਿੱਖਾਂ ਨੂੰ, ਮਹਾਨ ਸ਼ਹੀਦਾਂ ਨੂੰ ਹਰ ਵਾਰ ਯਾਦ ਕਰਦੇ ਨੇ, ਉਸੇ ਕੜੀ 'ਚ ਐਤਕੀ ਜਿਹੜੇ ਮਹਾਨ ਸਿੱਖ ਮਰਦਾਨਾ ਜੀ ਨੂੰ ਯਾਦ ਕੀਤਾ, ਜਿਹਨਾਂ ਵਿੱਚ ਇੱਕ ਸੇਵਾ ਦਾ ਭਾਵ ਸੀ, ਉਹਨਾਂ ਦੇ ਨਾਮ 'ਚੋਂ ਹੀ ਇੱਕ ਸੇਵਾ ਦਾ ਦਰਸ਼ਨ ਹੁੰਦਾ ਹੈ। ਇਸ ਵੇਲੇ 'ਚ ਜਦੋਂ ਬੱਚਿਆਂ ਦੀ ਸ਼ਾਦੀ ਦੀ ਗੱਲ ਹੋਵੇ, ਔਰ ਦਾਦੂਵਾਲ ਜੀ ਦਾ ਆਸ਼ੀਰਵਾਦ ਹੋਵੇ, ਤਾਂ ਮੈਂ ਕਹਿਣਾ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ। ਸਾਡੇ ਇਲਾਕੇ 'ਚ ਇਹਨਾਂ ਦਾ ਜਿਹੜਾ ਮੈਂ ਕਹਿੰਦਾ ਕਿ ਪੰਜਾਬ ਹੋਵੇ, ਹਰਿਆਣਾ ਹੋਵੇ, ਜਿਸ ਪ੍ਰਕਾਰ ਦੀ ਸੇਵਾ ਬਲਜੀਤ ਸਿੰਘ ਜੀ ਦਾਦੂਵਾਲ ਜੀ ਸੰਤ ਜੀ ਹੈ ਉਹ ਕਰਦੇ ਨੇ, ਚਾਹੇ ਕੋਰੋਨਾ ਦਾ ਵਕਤ ਹੋਵੇ, ਚਾਹੇ ਪਿੱਛੇ ਕਿਸਾਨ ਅੰਦੋਲਨ ਦੀ ਗੱਲ ਹੋਵੇ, ਚਾਹੇ ਕੋਈ ਕਦੇ ਬਾੜ ਆਈ ਉੱਥੇ ਖੜੇ ਹੋਣ ਦੀ ਗੱਲ ਹੋਵੇ, ਹਰ ਥਾਂ ਜਿੱਥੇ ਵੀ ਅਗਰ ਕਿੱਥੇ ਵੀ ਕੋਈ ਦਿੱਕਤ ਹੈ, ਉਸ ਦਿੱਕਤਾਂ ਨੂੰ ਦੂਰ ਕਰਨ ਵਾਸਤੇ ਦਾਦੂਵਾਲ ਜੀ ਹਮੇਸ਼ਾ ਅੱਗੇ ਰਹੇ ਨੇ। ਪਰ ਉਸ ਤੋਂ ਵੀ ਵੱਡਾ ਉਪਰਾਲਾ ਜਿਹੜਾ ਹਰ ਸਾਲ ਬੱਚਿਆਂ ਦਾ ਜਿਹੜਾ ਆਨੰਦ ਕਾਰਜ ਹੁੰਦਾ ਹੈ, ਦੋ ਪਰਿਵਾਰਾਂ ਦਾ ਮੇਲ ਕਰਵਾਉਂਦੇ ਨੇ, ਤਾਂ ਮੈਂ ਕਹਿੰਦਾ ਇਸ ਤੋਂ ਵੱਡਾ ਕਾਰਜ ਕੋਈ ਨਹੀਂ ਹੋ ਸਕਦਾ। ਇਹਦੇ ਵਾਸਤੇ ਮੈਂ ਬਲਜੀਤ ਸਿੰਘ ਦਾਦੂਵਾਲ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਅਤੇ ਮੈਂ ਇਹੀ ਵਾਹਿਗੁਰੂ ਸਤਿਗੁਰੂ ਜੀ ਤੋਂ ਇਹੀ ਆਸ਼ੀਰਵਾਦ ਮੰਗਦਾ ਕਿ ਇਸ ਇਲਾਕੇ 'ਚ ਪੂਰੇ ਜਿੱਥੇ ਵੀ ਚਾਹੇ ਦੇਸ਼ ਵਿਦੇਸ਼ਾਂ 'ਚ ਵੀ ਪੂਰੇ ਸੇਵਾ ਚੱਲਦੀ ਹੈ, ਉਹਨਾਂ 'ਤੇ ਆਸ਼ੀਰਵਾਦ ਰੱਖੇ, ਅਤੇ ਇਸੇ ਪ੍ਰਕਾਰ ਚੜ੍ਹਦੀ ਕਲਾ 'ਚ ਰਹਿਣ, ਅਤੇ ਇਸੇ ਪ੍ਰਕਾਰ ਧਰਮ ਦੇ ਨਾਲ ਨਾਲ ਜਿਹੜੀ ਸਮਾਜਿਕ ਹੈ, ਸਮਾਜਿਕ ਕੰਮ ਹੈ, ਉਸ 'ਤੇ ਵੱਧ ਚੜ੍ਹ ਕੇ ਕੰਮ ਹੁੰਦੇ ਰਹਿਣ, ਜਿਸ ਵਾਸਤੇ ਸਾਡਾ ਇਲਾਕਾ ਹੋਰ ਅੱਗੇ ਵਧਣ। ਕਿਉਂਕਿ ਮੈਂ ਇੱਥੋਂ ਦਾ ਵਿਧਾਇਕ ਹਾਂ, ਮੈਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੇ ਦਰਜੀ 'ਤੇ, ਸਾਡੇ ਹਲਕੇ 'ਚ ਦਾਦੂਵਾਲ ਜੀ ਦਾ ਵਾਸ ਹੈ, ਅਤੇ ਇੱਥੇ ਉਹਨਾਂ ਦਾ ਆਸ਼ੀਰਵਾਦ ਸੰਗਤ 'ਚ ਹਮੇਸ਼ਾ ਰਹਿੰਦਾ ਹੈ। ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਵੇਂ ਬਾਬਾ ਜੀ ਨੇ ਕਿਹਾ ਕਿ ਇਹ ਜਿਹੜਾ ਕਾਰਜ ਹੈ ਇਹ ਸੰਗਤ ਦਾ ਹੈ, ਇਹ ਬੜੀ ਮਹਾਨਤਾ ਹੈ, ਇਹ ਖੁਦ 'ਚ ਵੀ ਹਰ ਬੰਦਾ ਕਹਿੰਦਾ ਕਿ ਮੈਂ ਕੀਤਾ, ਉਹ ਕਹਿੰਦੇ ਨਹੀਂ ਸੰਗਤ ਦਾ ਹੈ, ਇਹ ਬੜੀ ਮਹਾਨਤਾ ਹੈ। ਪਰ ਮੈਂ ਇਹ ਕਹਿਣਾ ਕਿ ਸਤਿਗੁਰੂ ਜੀ ਹੈ, ਜਦੋਂ ਕੋਈ ਕਾਰਜ ਚੰਗਾ ਕਰਦਾ ਹੈ ਤਾਂ ਉਹ ਕਿਸੇ ਨੂੰ ਭੇਜਦਾ ਹੈ, ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਭੇਜਿਆ ਤਾਂ ਕਿ ਇਹ ਚੰਗੇ ਕਾਰਜ ਹੋਣ। ਇਹਨਾਂ ਦੇ ਨਾਲ ਹੀ ਮੈਂ ਇੱਕ ਵਾਰ ਸਾਰੇ ਜਿਹੜੇ ਨਵਵਿਵਾਹਿਤ ਸਾਰੇ ਜੋੜੇ ਹੈ, ਮੈਂ ਇਹਨਾਂ ਨੂੰ ਵੀ ਮੈਂ ਬਹੁਤ ਬਹੁਤ ਵਧਾਈਆਂ ਦੇਣਾ, ਅਤੇ ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਦੇਣਾ, ਬਹੁਤ ਬਹੁਤ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ, ਸਾਰੇ ਇਲਾਕੇ ਤੋਂ ਬਾਹਰੋਂ ਸੰਤ
ਰਾਜਨੀਤਿਕ ਬੰਦੇ ਸਾਰੇ ਬਾਹਰੋਂ ਬਹੁਤ ਆਏ ਨੇ। ਮੈਂ ਸਾਰਿਆਂ ਦਾ ਨਾਂ ਲੈ ਕੇ, ਸਮੇਂ ਦੀ ਥੋੜ੍ਹਾ ਹੈ ਸਮੇਂ, ਤੇ ਮੈਂ ਸਾਰਿਆਂ ਦਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਬਹੁਤ ਬਹੁਤ ਧੰਨਵਾਦ।